ਆਵਾਜ਼ੀ ਕੌਮ ਦੇ ਦਰਸ਼ਕੋ, ਇਸ ਵੇਲੇ ਅਸੀਂ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਹੈਵਲੋਕ ਰੋਡ 'ਤੇ ਹਾਂ ਅਤੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜਿਹੜੇ ਇੰਗਲੈਂਡ ਆਏ ਆ, ਇੰਗਲੈਂਡ ਦੌਰੇ 'ਤੇ ਜਿਹੜਾ ਪੂਰਾ ਉਹਨਾਂ ਦਾ ਪ੍ਰਬੰਧ ਕੀਤਾ ਗਿਆ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਸਾਹਿਬ ਉਹਨਾਂ ਨੇ ਕੀਤਾ ਅਤੇ ਅੱਜ ਤਕਰੀਬਨ 5 ਦਿਨ ਤੋਂ ਉੱਪਰ ਹੋ ਚੱਲਿਆ ਸਮਾਂ ਅਤੇ ਉਹ ਹਰ ਵੇਲੇ ਨਾਲ ਰਹੇ ਆ ਅਤੇ ਆਪਾਂ ਉਹਨਾਂ ਨਾਲ ਵਿਚਾਰ ਕਰਦੇ ਹਾਂ ਵੀ ਪੂਰੀ ਫੇਰੀ ਦੌਰਾਨ ਉਹਨਾਂ ਨੇ ਕੀ ਅਨੁਭਵ ਕੀਤਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਫੇਰੀ ਸੀਗੀ, ਇਹਨੂੰ ਕਿੱਦਾਂ ਲਿਆ ਤੁਸੀਂ? ਸਭ ਤੋਂ ਪਹਿਲਾਂ ਸਾਰੀਆਂ ਹੀ ਸੰਗਤਾਂ ਨੂੰ, UK ਐਂਡ ਦੇਸਾਂ ਵਿਦੇਸਾਂ ਦੇ ਵਰਲਡ ਵਾਈਡ ਸਿੱਖਾਂ ਨੂੰ ਅਸੀਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਦੇ ਹਾਂ ਕਿ ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਕਿਉਂਕਿ ਦਾਸ ਜੀ ਨੂੰ ਵੀ ਪਹਿਲੀ ਵਾਰ ਚਾਂਸ ਮਿਲਿਆ ਇਹੋ ਜਿਹੀ ਹਸਤੀ ਸਿੱਖ ਕੌਮ ਦੀ, ਸਰਮੋਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜਿਨ੍ਹਾਂ ਦੇ ਨਾਲ 5 ਦਿਨ ਰਹਿਣ ਦਾ ਮੌਕਾ ਮਿਲਿਆ। ਬੜੀ ਖੁਸ਼ੀ ਹੁੰਦੀ ਆ ਕਿ ਇੱਕ ਵਿਜ਼ਨ ਵਾਲਾ ਜਥੇਦਾਰ ਸਾਡੀ ਕੌਮ ਨੂੰ ਮਿਲਿਆ ਅਤੇ ਜੋ ਉਹਨਾਂ ਦੇ ਵਲਵਲੇ ਹੈ ਸਿੱਖ ਕੌਮ ਲਈ, ਜੋ ਉਹਨਾਂ ਦੇ ਮਨ ਦੇ ਵਿੱਚ ਆਈਡੀਆ ਹੈ ਸਿੱਖ ਕੌਮ ਲਈ, ਪੰਜਾਬ ਦੀ ਧਰਤੀ 'ਤੇ, ਇੰਡੀਆ ਦੀ ਧਰਤੀ 'ਤੇ ਰਹਿੰਦੇ ਹਾਂ, ਕਿੱਦਾਂ ਸਿੱਖ ਕੌਮ ਦੇ ਬੱਚਿਆਂ ਨੂੰ, ਸਿੱਖ ਕੌਮ ਦੀ ਪਨੀਰੀ ਨੂੰ ਜਿੱਥੇ ਇੰਡੀਆ ਦੇ ਵਿੱਚ ਪ੍ਰਫੁੱਲਤ ਦੇਖਣਾ ਚਾਹੁੰਦੇ ਆ ਅਤੇ ਬਾਹਰਲੇ ਦੇਸ਼ਾਂ ਵਿੱਚ ਜਾ ਆ ਕੇ ਜੋ ਸੰਗਤਾਂ ਨੂੰ ਮਿਲ ਕੇ ਉਹਨਾਂ ਨੂੰ ਖੁਸ਼ੀ ਪ੍ਰਾਪਤ ਹੋਈ ਆ। ਮੇਰਾ ਕੱਲ੍ਹ ਸਾਨੂੰ ਅਤੇ ਨਾਲ ਸਾਡੀ ਜਿੰਨੀਆਂ ਹੋਰ ਸੰਗਤਾਂ, ਹਰਜੀਤ ਸਿੰਘ ਸਰਪੰਚ, ਹਰਜਿੰਦਰ ਸਿੰਘ ਅਤੇ ਰਘਵੀਰ ਸਿੰਘ, ਪਰਮਜੀਤ ਸਿੰਘ ਹੋਣੀ, ਜਿੰਨੇ ਵੀ ਸਾਡੇ ਵੀਰ ਮਿਡਲੈਂਡ ਦੀਆਂ ਸੰਗਤਾਂ, ਅਤੇ ਉਹਨਾਂ ਨੇ ਜੋ ਪਿਆਰ ਦਿੱਤਾ, ਮੇਰਾ ਖਿਆਲ ਵੀ ਮੇਰੇ ਦੇਖਣ ਦੇ ਵਿੱਚ ਪਹਿਲੀ ਵਾਰੀ ਜਥੇਦਾਰ, ਪਹਿਲਾ ਜਥੇਦਾਰ ਹੋਏਗਾ ਜਿਹਨੇ ਆ ਕੇ ਸੰਗਤਾਂ ਦੇ ਪ੍ਰਬੰਧਕਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨਾਲ ਰੂਬਰੂ ਹੋਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਅਤੇ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਵੀ ਕੀ ਹੋਣਾ ਚਾਹੀਦਾ, ਸਾਂਝੇ ਕੀਤੇ। ਤਕਰੀਬਨ ਜਿੰਨੇ ਵੀ ਗੁਰਦੁਆਰਾਂ ਦੇ ਵਿੱਚ ਪ੍ਰਬੰਧਕਾਂ ਨਾਲ ਮਿਲੇ, 50-50, 100-100 ਪ੍ਰਬੰਧਕ ਮਿਲਿਆ ਕਰਦਾ ਸੀ ਅਤੇ ਉਹਨਾਂ ਦੇ ਸਾਰਿਆਂ ਦੇ ਸੁਝਾਓ ਤਕਰੀਬਨ ਸੇਮ ਸੁਝਾਓ ਸੀ। ਸੋ ਜਥੇਦਾਰ ਸਾਹਿਬ ਇੱਕ ਵਿਜ਼ਨ ਲੈ ਕੇ ਚੱਲ ਰਹੇ ਆ, ਸਾਨੂੰ ਉਸ ਵਿਜ਼ਨ ਨੂੰ ਲੈ ਕੇ, ਚਾਹੇ ਉਹ ਐਜੂਕੇਸ਼ਨ ਦਾ ਵਿਜ਼ਨ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਪਾਣੀ ਦਾ ਵਿਜ਼ਨ ਹੈ, ਚਾਹੇ ਜੋ ਸਾਡੀ ਕਮਿਊਨਿਟੀ ਦੇ ਵਿੱਚ ਗੁਰਬਾਣੀ ਨੂੰ ਲੈ ਕੇ, ਇਤਿਹਾਸ ਨੂੰ ਲੈ ਕੇ ਦੁਬਿਧਾ ਪਾਏ ਜਾ ਰਹੇ, ਸ਼ੰਕਾ ਖੜ੍ਹੇ ਕੀਤੇ ਜਾ ਰਹੇ, ਉਹਨਾਂ ਸਾਰਿਆਂ ਦੇ ਸਾਰੇ ਮੁੱਦਿਆਂ ਨੂੰ ਲੈ ਕੇ ਹਰ ਸਿੱਖ ਵਰਗ ਨੂੰ, ਅਲੱਗ ਅਲੱਗ ਅਦਾਰਿਆਂ ਨੂੰ, ਅਲੱਗ ਅਲੱਗ ਗੁਰੂ ਘਰਾਂ ਦੇ ਵਿੱਚ ਜਾ ਕੇ ਇੰਡੀਪੈਂਡੈਂਟਲੀ ਤਕਰੀਬਨ ਸਾਰਿਆਂ ਨਾਲ ਵਿਚਾਰ ਵਿਚਾਰਦੇ ਸਾਂਝੇ ਕੀਤੇ ਆ ਅਤੇ ਕੋਈ ਐਸਾ ਵਰਗ ਨਹੀਂ ਸੀ ਜਿਹਨੇ ਇਸ ਗੱਲ ਤੋਂ ਮੁਨਕਰ ਹੋਵੇ ਕਿ ਅਕਾਲ ਤਖਤ ਦਾ ਜਥੇਦਾਰ ਵਾਕਿਆ ਹੀ ਜਿਹੜਾ ਸਾਨੂੰ ਮਿਲਿਆ ਸੀ, ਸਾਨੂੰ ਇਹਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਸਾਡੀ ਬਹੁਤ ਤਰੱਕੀ ਕਰ ਸਕਦੀ ਆ। ਮੱਲੀ ਸਾਹਿਬ, ਜਿੱਦਾਂ ਤੁਸੀਂ ਕੀਤਾ ਵੀ ਹਰੇਕ ਵਰਗ ਦੇ ਨਾਲ ਗੱਲਬਾਤ ਵੀ ਕੀਤੀ ਆ, ਹਾਂਜੀ, ਅਤੇ ਨਾਲ ਜਿੱਦਾਂ ਤੁਸੀਂ ਇਹ 5 ਦਿਨਾਂ 'ਚ ਥੋੜ੍ਹਾ ਮੋਟੇ ਰੂਪ 'ਚ ਦੱਸ ਸਕਦੇ ਆ ਕਿੱਥੇ ਕਿਹੜੇ ਕਿਹੜੇ ਗੁਰਦੁਆਰੇ ਗਏ ਆ ਅਤੇ ਜਾਂ ਜਿਹੜੀਆਂ ਤੁਹਾਡੀਆਂ ਪ੍ਰਾਈਵੇਟ ਦਾ ਮਤਲਬ ਜਿਹੜੀਆਂ ਜਥੇਦਾਰ ਨਾਲ ਫੇਸ ਟੂ ਫੇਸ ਮੀਟਿੰਗਾਂ ਹੋਈਆਂ, ਮਿਡਲੈਂਡ ਦੇ ਵਿੱਚ ਵੀ ਹੋਈ ਆ, ਸਾਊਥ ਹਾਲ ਦੇ ਵਿੱਚ ਵੀ ਹੋਈ ਆ, ਉਹਨਾਂ ਦੇ ਵਿੱਚੋਂ ਕੀ ਉੱਭਰ ਕੇ ਸਾਹਮਣੇ ਆਇਆ, ਲੋਕ ਚਾਹੁੰਦੇ ਕੀ ਆ? ਜਿੰਨੀਆਂ ਵੀ ਮੀਟਿੰਗਾਂ ਹੋਈਆਂ, ਕਿਉਂਕਿ ਸਿੱਖ ਇੱਕ ਵੱਡਾ ਪਰਿਵਾਰ ਆ, ਹਾਂ, ਅਤੇ ਜਦੋਂ ਸਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਆਪਣੀ ਸਾਰੀ ਫੈਮਿਲੀ ਇਕੱਠੀ ਹੋ ਕੇ ਬੈਠ ਕੇ ਗੱਲ ਕਰਦੇ ਹਾਂ,
ਅਸੀਂ ਮੀਡੀਆ 'ਚ ਨਹੀਂ ਜਾਂਦੇ, ਅਸੀਂ ਪਬਲਿਕਲੀ ਜਾ ਕੇ ਨਹੀਂ ਗੱਲਾਂ ਕਰਦੇ, ਠੀਕ ਹੈ। ਅਸੀਂ ਆਪਣੇ ਉਹਨਾਂ ਦੇ ਕਹਿਣਾ ਇਹ ਗੱਲ ਆ ਵੀ ਅਸੀਂ ਆਪਾਂ ਜਿਹੜੇ ਸਾਡੇ ਸ਼ੰਕੇ ਆ, ਜਿਹੜੀਆਂ ਸਾਡੀਆਂ ਦੁਬਿਧਾ ਪਾਈਆਂ ਜਾ ਰਹੀਆਂ, ਉਹਨਾਂ ਨੂੰ ਅਸੀਂ ਪਰਿਵਾਰਕ ਤੌਰ 'ਤੇ ਬੈਠ ਕੇ ਉਹਨਾਂ ਨੇ ਨਜਿੱਠਣ ਦੀ, ਉਹਨਾਂ ਨਾਲ ਸੁਣਨ ਦੀ ਕੋਸ਼ਿਸ਼ ਕੀਤੀ ਆ, ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਉਹ ਇੱਥੇ ਸਟੱਡੀ ਕਰਕੇ ਅਤੇ ਜਿਹੜੇ ਹੱਲ ਹੋਣੇ ਉਹ ਸੰਗਤਾਂ ਦੇ ਸਹਿਯੋਗ ਨਾਲ ਹੋਣੇ ਆ, ਠੀਕ ਹੈ। ਇਕੱਲਾ ਜਥੇਦਾਰ ਕੁਛ ਨਹੀਂ ਕਰ ਸਕਦਾ, ਉਹਨਾਂ ਨੇ ਇਹੀ ਗੱਲ ਕੀਤੀ ਵੀ ਇਕੱਲਾ ਜਥੇਦਾਰ, ਮੈਂ ਪੰਥ ਦੇ ਲਈ ਜੋ ਮੇਰੀ ਸੇਵਾ ਮਿਲੀ ਹੈਗੀ ਆ, ਮੈਂ ਉਹਦੇ ਲਈ ਜੋ ਤੁਸੀਂ ਸੁਝਾਓ ਦਿਓਗੇ ਉਹਨਾਂ ਸੁਝਾਵਾਂ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਸੋ ਕੋਈ ਵੀ ਐਸੀ ਐਸਾ ਕੁਐਸਚਨ ਨਹੀਂ ਸੀ ਜਿਹੜਾ ਕਿ ਪੰਥ ਤੋਂ ਬਾਹਰ ਸੀ, ਕੋਈ ਵੀ ਐਸਾ ਸਿੱਖ ਇਹ ਨਹੀਂ ਕਹਿ ਸਕਦਾ ਵੀ ਮੈਂ ਇਸ ਜਥੇਦਾਰ ਨੂੰ ਮੰਨਦਾ ਨਹੀਂ। ਤਕਰੀਬਨ ਹਰ ਜਗ੍ਹਾ 'ਤੇ, ਤਕਰੀਬਨ ਖਾਸ ਕਰਕੇ ਸਮੈਥ ਗੁਰਦੁਆਰਾ ਜਿਹੜਾ ਸਾਡਾ ਕੱਲ੍ਹ ਦਾ ਪ੍ਰੋਗਰਾਮ ਸੀ, ਹਾਂਜੀ, ਸੈਂਕੜਿਆਂ ਦੀ ਗਿਣਤੀ ਸੰਗਤ, ਪ੍ਰਬੰਧਕ ਅਤੇ ਸੰਗਤੀ ਰੂਪ ਦੇ ਵਿੱਚ ਇੱਕ ਬਹੁਤ ਵਧੀਆ ਜਿਹੜਾ ਉੱਥੇ ਪ੍ਰੋਗਰਾਮ ਹੋਇਆ। ਇਸ ਤਰ੍ਹਾਂ ਲਿਸਟ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋਇਆ, ਸਲੋਹ ਦੇ ਵਿੱਚ ਅੱਜ ਜੋ ਪਾਰਕ ਕੈਬ ਨਹੀਂ ਹੋਇਆ, ਮੇਰਾ ਖਿਆਲ ਹਜ਼ਾਰਾਂ ਦੀ ਗਿਣਤੀ ਸੰਗਤ ਸੀ, ਤੁਸੀਂ ਦੇਖੀ ਹੋਣੀ ਆ, ਕਿਉਂਕਿ ਆਪਾਂ ਕਾਫੀ ਚਿਰਾਂ ਦੇ ਤੁਸੀਂ ਵੀ ਵਿਚਰਦੇ ਹਾਂ, ਮੈਂ ਖੁਦ ਵੀ ਮੀਡੀਆ 'ਚ ਵੀ ਹਾਂ, ਉੱਦਾਂ ਵੀ ਵਿਚਰਦਾ, ਮੈਂ ਦੇਖਿਆ ਵੀ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ, ਪਰ ਜਥੇਦਾਰਾਂ ਦੇ ਪ੍ਰੋਗਰਾਮਾਂ 'ਚ ਨੌਜਵਾਨਾਂ ਦੀ ਗਿਣਤੀ ਬਹੁਤ। ਅੱਜ ਸਵੇਰ ਤੋਂ ਹੀ ਜਿੰਨੇ ਵੀ ਪ੍ਰੋਗਰਾਮ ਆਪਣੇ ਪਾਰਕ ਐਵਨਿਊ ਦੇ ਆ, ਸਵੇਰ ਤੋਂ ਹੀ ਤਕਰੀਬਨ 100 ਤੋਂ ਵੱਧ ਜਥੇਦਾਰ ਦੇ ਕੋਲ, ਹੁਣ ਸ਼ਾਮੀ ਫਿਰ ਅੱਜ ਜਿਹੜੇ ਆਪਣੇ ਸੇਵਾਦਾਰ ਸਾਰੇ, ਉਹ ਵੀ ਸਾਰੇ ਯੂਥ ਵਾਲੇ ਇਕੱਠੇ ਹੋ ਰਹੇ ਆ, ਅਤੇ ਜਿਹੜੇ ਇੱਥੋਂ ਦੇ ਬੋਰਨ ਬੱਚੇ ਹੈਗੇ ਆ ਉਹਨਾਂ ਨਾਲ ਵੀ ਉਹਨਾਂ ਦੀਆਂ ਮੀਟਿੰਗਾਂ ਹੋਈਆਂ, ਅਤੇ ਉਹਨਾਂ ਨੇ ਸੁਝਾਓ ਮੰਗੇ ਹੈਗੇ ਆ ਵੀ ਅਸੀਂ ਬਾਹਰਲੇ ਸਿੱਖ ਬਾਹਰਲੇ ਪਲੇ, ਸਾਨੂੰ ਇੰਡੀਆ ਬਾਰੇ ਪੰਜਾਬ ਬਾਰੇ ਕੁਛ ਪਤਾ ਨਹੀਂ, ਅਸੀਂ ਕਿਵੇਂ ਇਸ ਚੀਜ਼ ਦੇ ਵਿੱਚ ਰੋਲ ਅਦਾ ਕਰ ਸਕਦੇ ਹਾਂ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਬੇਨਤੀ ਕੀਤੀ ਹੈ ਕਿ ਉੱਥੇ ਉਹਨਾਂ ਦਾ ਮੀਡੀਆ ਦਾ ਕੋਈ ਆਫਿਸ ਹੋਣਾ ਚਾਹੀਦਾ, PRO ਹੋਣਾ ਚਾਹੀਦਾ, ਤਾਂ ਕਿ ਹਰ ਈਮੇਲ ਦਾ ਡਾਇਰੈਕਟ ਲਿੰਕ, ਹਰ ਸਿੱਖ ਦਾ ਡਾਇਰੈਕਟ ਲਿੰਕ ਹੋਵੇ, ਅਤੇ ਜਿਹੜੇ ਉਹਨਾਂ ਦੇ ਸਹਾਇਕ ਹੋਣਗੇ ਉਹ ਸਾਰੀਆਂ ਈਮੇਲਾਂ ਪੜ੍ਹ ਕੇ ਉਹਨਾਂ ਦੇ ਜਿਹੜੇ ਰਿਪੋਰਟਾਂ ਬਣਾ ਕੇ ਜਥੇਦਾਰ ਨੂੰ ਪੇਸ਼ ਕਰਨਗੇ, ਉਹ ਅਪਰੂਵ ਕਰਕੇ ਲੋਕਾਂ ਨੂੰ ਸੰਗਤਾਂ ਨੂੰ ਜਵਾਬ ਦੇ ਸਕਣ, ਤਾਂ ਕਿ ਇੱਕ ਤਾਲਮੇਲ, ਸਿੱਧਾ ਤਾਲਮੇਲ। ਫਿਰ ਉਹਨੇ ਸਾਰੇ ਗੁਰੂ ਘਰਾਂ ਦੇ ਐਡਰੈਸ ਮੰਗੇ ਆ, ਈਮੇਲਾਂ ਮੰਗੀਆਂ, ਡਾਇਰੈਕਟ ਲਿੰਕ ਬਈ ਅਕਾਲ ਤਖਤ ਨਾਲ ਜੁੜਨ ਵਾਸਤੇ, ਅਕਾਲ ਤਖਤ ਨਾਲ ਜੁੜਨ ਵਾਸਤੇ। ਅਤੇ ਮੇਰਾ ਖਿਆਲ ਵੀ ਇੱਕ ਬਹੁਤ ਵੱਡਾ ਉਪਰਾਲਾ, ਅਤੇ ਉਹਦੇ ਨਾਲ ਐਜੂਕੇਸ਼ਨ ਦੀ ਵੀ ਗੱਲ ਕਰਦੇ ਆ ਵੀ ਅਗਰ ਅਸੀਂ ਪੰਜਾਬ ਦੇ 12,000 ਪਿੰਡਾਂ ਨੂੰ ਇੱਕੋ ਦਮ ਤਾਂ ਨਹੀਂ ਕਰ ਸਕਦੇ, ਲੇਕਿਨ 12,000 ਪਿੰਡਾਂ ਦੇ ਵਿੱਚ NRI ਜ਼ਰੂਰ ਵੱਸਦੇ ਆ। ਇਹ ਮੱਲੀ ਸਾਹਿਬ ਇੱਕ ਜਿੱਦਾਂ ਦੇਖਣ 'ਚ ਚੀਜ਼ ਇਹ ਵੀ ਆਉਂਦੀ ਆ, ਜਦੋਂ ਪੰਜਾਬ 'ਚ ਵੀ ਵਿਚਰਦੇ ਹਾਂ ਜਾਂ ਆਪਾਂ ਸੋਸ਼ਲ ਮੀਡੀਆ ਲੈ ਲਈਏ ਜਾਂ ਵੈਸੇ ਵੀ ਮੀਡੀਆ ਲਾ ਲਈਏ, ਇਹ ਜੀ ਬਾਦਲਾਂ ਦੇ ਥਾਪੇ ਹੋਏ ਜਥੇਦਾਰ ਆ, ਜਾਂ ਜਥੇਦਾਰ ਤੋਂ ਇੱਦਾਂ ਰੱਖਦੇ ਆ ਜੀ ਤੁਸੀਂ ਆਹ ਫਲਾਨੇ ਨੂੰ ਛੇਕ ਦਿਓ, ਫਲਾਨੇ ਨੂੰ ਰੱਖ ਲਓ, ਫਲਾਨੇ ਨੂੰ ਆਹ ਕਰ ਦਿਓ, ਇੱਦਾਂ ਦੇ ਵੀ ਸਵਾਲ ਆਏ ਹੋਣਗੇ। ਬਹੁਤ ਕਿਸਮ ਦੇ ਸਵਾਲ ਆਏ, ਉਹ ਕਹਿੰਦੇ ਵੀ ਜਿਹੜਾ ਪੰਥ 'ਚੋਂ ਸੇਕ ਦੇਣਾ ਇਹ ਕੋਈ ਬਾਹਲੀ ਚੰਗੀ ਗੱਲ ਨਹੀਂ ਹੈ, ਠੀਕ ਹੈ। ਅਸੀਂ ਹਰ ਸਿੱਖ ਨੂੰ, ਹਰ ਨੌਨ ਸਿੱਖ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਨੇ, ਜਿਹੜੀ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਬਾਣੀ ਗੱਲ ਕਰਦੀ ਆ, ਠੀਕ ਹੈ। ਉਹ ਮੈਸੇਜ ਅਸੀਂ ਦੁਨੀਆ ਤੱਕ ਪਹੁੰਚਾਉਣਾ ਹੈ, ਅਤੇ ਜਿਹੜੇ ਬਾਣੀ ਤੋਂ ਬਾਹਰ ਲੋਕ ਜਾ ਰਹੇ ਆ, ਠੀਕ ਹੈ, ਬਾਣੀ ਨੂੰ ਗੁਰੂ ਘਰਾਂ ਦੀ ਸਟੇਜ ਨੂੰ ਵਰਤ ਕੇ ਦੁਬਿਧਾ ਪਾ ਰਹੇ, ਸ਼ੰਕੇ ਖੜ੍ਹੇ ਹੋ ਰਹੇ ਆ, ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਨਾਲ ਬੈਠ ਕੇ ਵਿਚਾਰ ਕਰਕੇ ਉਹਨਾਂ ਉਹ ਕੀ ਸੋਚਦੇ ਆ ਉਹਦੇ ਬਾਰੇ ਜਾਣ ਦੀ ਵਿਚਾਰ ਬਣਾਉਂਦੇ ਕਰਕੇ, ਅਗਰ ਕੋਈ ਇੱਦਾਂ ਦੀ ਇਸ਼ੂ ਆਉਂਦੇ ਆ ਤਾਂ ਉਹ ਕਿਉਂਕਿ ਅਕਾਲ ਤਖਤ ਜਥੇਦਾਰ ਆ, ਉਹਨਾਂ ਦੀ
ਸਹਾਇਕ ਕਮੇਟੀ ਹੋਏਗੀ, ਜਿਸ ਤਰ੍ਹਾਂ ਉਹਨਾਂ ਨੇ ਅਨਾਊਂਸ ਕੀਤਾ, ਉਹੋ ਜਿਹੀਆਂ ਕਮੇਟੀਆਂ ਬਣਾ ਕੇ ਉਹਨਾਂ 'ਚ ਵਿਚਾਰ ਕੀਤੇ ਜਾਣਗੇ। ਲੰਬਾ ਪ੍ਰੋਸੈਸ ਜੋ ਅਕਾਲ ਤਖਤ 'ਤੇ ਚੱਲਦਾ। ਇੱਕ ਹੁੰਦਾ ਜਿੱਦਾਂ ਪਰਸਨਲ, ਜਿੱਦਾਂ ਤੁਸੀਂ ਨਾਲ ਵਿਅਕਤੀਗਤ ਸ਼ਖਸੀਅਤ ਜਿਹੜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਆ, ਉਹ ਕਿੱਦਾਂ ਅਨੁਭਵ ਕੀਤੀ ਤੁਸੀਂ ਨਾਲ ਰਹੇ ਜ਼ਿਆਦਾ? ਵੀ ਕਈ ਵਾਰੀ ਹੁੰਦਾ ਆਪਾਂ ਬਹੁਤ ਆਪਾਂ ਦੇਖਦੇ ਹਾਂ ਜਥੇਬੰਦੀਆਂ ਦੇ ਆਗੂ ਹੋਣ ਜਾਂ ਪ੍ਰਚਾਰਕ ਹੋਣ, ਉਹਨਾਂ ਨੂੰ ਗੱਲ ਸੁਣਨ ਲੱਗਿਆਂ ਜਿੱਦਾਂ ਉਹ ਸੁਣਦੇ ਹੀ ਨਹੀਂ, ਕਿਸੇ ਦੀ ਗੁੱਸਾ ਬੜਾ ਆਉਂਦਾ, ਉਹਨਾਂ ਦੀ ਜਿਹੜੀ ਪਰਸਨਲ ਸ਼ਖਸੀਅਤ ਬਾਰੇ ਕੀ ਕਹੋਗੇ? ਇੱਕ ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਅਕਾਲ ਤਖਤ ਦੇ ਜਥੇਦਾਰ ਹੋਣ ਉਸ ਪੁਜੀਸ਼ਨ 'ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀ ਸ਼ਖਸੀਅਤ ਨੇ ਉਹ ਕ੍ਰੀਏਟ ਕੀਤਾ ਹੋਇਆ ਅਕਾਲ ਤਖਤ। ਹਾਂਜੀ। ਅਤੇ ਕੋਈ ਵੀ ਮਾਤਾ, ਭੈਣ, ਭਰਾ, ਬਜ਼ੁਰਗ, ਬੱਚਾ ਅਗਰ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੜੇ ਪਿਆਰ ਨਾਲ ਸੁਣੀ ਆ ਗੱਲ। ਠੀਕ ਹੈ। ਅਤੇ ਖਾਸ ਕਰਕੇ ਜਿੰਨੀਆਂ ਸਾਡੀਆਂ ਮਾਤਾਵਾਂ ਮਿਲੀਆਂ, ਮਾਤਾਵਾਂ ਦਾ ਸਾਰੀਆਂ ਦਾ ਉਹਨਾਂ ਨੇ ਖੜ੍ਹ ਕੇ ਆਸ਼ੀਰਵਾਦ ਲਿਆ। ਠੀਕ। ਅਤੇ ਇੰਨੀ ਖੁਸ਼ੀ ਦੀ ਗੱਲ ਨਾਲ ਇਹ ਆ ਕਿ ਸਾਰੇ ਵੀਰਾਂ ਭੈਣਾਂ ਮਾਤਾਵਾਂ ਨੇ ਜੋ ਆਸ਼ੀਰਵਾਦ ਦਿੱਤੇ ਉਹਨਾਂ ਨੂੰ, ਬਈ ਸਾਨੂੰ ਬੜਾ ਖੁਸ਼ੀ ਹੋਈ ਜਿਹੜੇ ਤੁਹਾਡੀਆਂ ਅਸੀਂ ਟੀ ਵੀ 'ਤੇ ਗੱਲਾਂ ਸੁਣਦੇ ਹਾਂ, ਇੰਡੀਆ 'ਚ ਤੁਸੀਂ ਜਿਹੜੇ ਗੱਲਾਂ ਬਾਤਾਂ ਕੀਤੀਆਂ, ਅਤੇ ਅਸੀਂ ਚਾਹੁੰਦੇ ਹਾਂ ਵੀ ਕੌਮ ਨੂੰ ਸੇਧ ਵਾਲਾ ਸਾਨੂੰ ਕੋਈ ਜਥੇਦਾਰ ਮਿਲਿਆ। ਹਾਂਜੀ। ਜਿਹੜੀ ਗੱਲ ਪਾਰਟੀਆਂ, ਕਿਉਂਕਿ ਅਕਾਲ ਤਖਤ ਦਾ ਜਥੇਦਾਰ ਇੱਕ ਨਿਰਪੱਖ ਪਾਰਟੀਆਂ ਤੋਂ ਉੱਚਾ ਉੱਠ ਕੇ ਸਿੱਖਾਂ ਦੀ ਗੱਲ ਜਿਹਨੇ ਕਰਨੀ ਆ, ਮਨੁੱਖਤਾ ਦੀ ਗੱਲ ਕਰਨੀ ਆ, ਜਿੱਥੇ ਸਾਨੂੰ ਸਿੱਖੀ 'ਤੇ ਅਟੈਕ ਹੋ ਰਹੇ ਆ ਉਹਦੀ ਗੱਲ ਕਰਨੀ ਆ, ਸਿੱਖ ਵਰਲਡਵਾਈਡ ਸਿੱਖਾਂ ਦੀਆਂ ਪੋਲਿਸੀਆਂ ਨੂੰ ਤਿਆਰ, ਸੰਗਤੀ ਰੂਪ ਦੇ ਵਿੱਚ ਲੋਕਾਂ ਦੇ ਵਿਚਾਰ ਲੈ ਕੇ ਉਹਨਾਂ ਨੂੰ ਤਿਆਰ ਕਰਨੇ ਆ, ਮੇਰਾ ਖਿਆਲ ਇੱਕ ਬਹੁਤ ਵੱਡਾ ਇਹ ਕੰਮ ਪ੍ਰੋਜੈਕਟ ਹੈਗਾ। ਸੋ ਇਹਦੇ ਵਾਸਤੇ ਉਹਨਾਂ ਨੇ ਸਾਰੇ ਸਿੱਖਾਂ ਨੂੰ ਇਹ ਬੇਨਤੀ ਕੀਤੀ ਆ, ਆਪਣੇ ਆਪਣੇ ਸੁਝਾਓ ਭੇਜੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਕੋਲ ਜਿਹੜਾ ਇਹ ਮੈਨ ਪਾਵਰ ਵੀ ਅਸੀਂ ਸ਼ੁਰੂ ਕਰੀਏ, PRO ਸ਼ੁਰੂ ਕਰੀਏ, ਮੀਡੀਆ ਸ਼ੁਰੂ ਕਰੀਏ, ਅਤੇ ਤੁਹਾਡੀ ਹਰ ਈਮੇਲ ਦਾ ਜਵਾਬ ਦੇਈਏ ਅਸੀਂ, ਤਾਂ ਕਿ ਅਸੀਂ ਪੂਰੇ ਦੁਨੀਆ ਦੇ ਸਿੱਖਾਂ ਨੂੰ ਇੱਕ ਪਿੰਡ ਦੇ ਰੂਪ ਵਿੱਚ, ਅੱਜ ਕੰਪਿਊਟਰ ਦਾ ਯੁੱਗ ਆ, ਉਹ ਬਣਾ ਸਕੀਏ। ਇੱਕ ਮੱਲੀ ਸਾਹਿਬ, ਜਿੱਦਾਂ ਤੁਸੀਂ ਵੀ ਚਲੋ 1984 ਦਾ ਤੁਹਾਨੂੰ ਪਤਾ, ਬਾਹਰ ਵਿਦੇਸ਼ਾਂ 'ਚ ਤਬਦੀਲੀ ਆਈ, ਲੋਕਾਂ ਦੇ ਵਿਚਾਰ ਵੀ ਬਦਲੇ, ਖਾਲਿਸਤਾਨ ਦੀ ਮੂਵਮੈਂਟ ਚੱਲਦੀ ਆ, ਉਹਦੇ ਵਿੱਚ ਬਹੁਤ ਜਥੇਬੰਦੀਆਂ ਕੰਮ ਵੀ ਕਰਦੀਆਂ ਆ, ਇਹੋ ਜਿਹਾ ਵੀ ਸਵਾਲ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਸਿੰਘ ਸਾਹਿਬ ਨੂੰ ਕੀਤੇ ਹੋਣਗੇ, ਜਾਂ ਉਹਨਾਂ ਨੇ ਆਪਣੇ ਤੌਰ 'ਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਇਹ ਗੱਲ ਆ ਵੀ ਸ਼ਾਇਦ ਜਿਹੜਾ ਖਾਲਿਸਤਾਨ ਆ ਜਾਂ ਰਾਜ ਦੀ ਗੱਲ ਆ ਜਾਂ ਸਿੱਖਾਂ ਦੀ, ਚਲੋ ਇਹੀ ਲਾ ਲਈ ਵੀ ਜਿਹੜੀ ਵੱਖਰੀ ਹਸਤੀ ਦੀ ਗੱਲ ਆ, ਉਹਨੂੰ ਲੈ ਕੇ ਵੀ ਸਿੱਖ ਫਿਕਰਮੰਦ ਆ, ਇਹਦੇ ਬਾਰੇ ਵੀ ਇੱਦਾਂ ਦੇ ਵੀ ਸਵਾਲ ਆਏ ਸਿੰਘ? ਬਿਲਕੁਲ ਜੀ, ਆਪਣਾ ਹਰ ਸਿੱਖ ਦਾ ਆਪਣਾ ਆਪਣੇ ਵਿਚਾਰ ਆ, ਆਪਣੀ ਆਪਣੀ ਸੋਚ ਰੱਖਦੇ ਆ। ਠੀਕ ਆ। ਅਤੇ ਇਹੋ ਜਿਹੇ ਸਵਾਲ, ਕਿਉਂਕਿ ਜਿਹੜੀਆਂ ਸੰਗਤਾਂ ਨੇ ਆਪਣੇ ਪਿੰਡੇ 'ਤੇ ਦੁੱਖ ਹੰਢਾਇਆ ਹੈ, ਜਿਹੜੇ ਪਰਿਵਾਰਾਂ ਦੇ ਜੀ ਉਹਨਾਂ ਦੇ ਮੈਂਬਰ ਚਲੇ ਗਏ, ਦੋ ਦੋ ਤਿੰਨ ਤਿੰਨ ਚਾਰ ਚਾਰ, ਉਹਨਾਂ ਦੇ ਦਿਲਾਂ ਵਿੱਚ ਜੋ ਰੋਸ ਹੈ, ਗੁੱਸਾ ਹੈ। ਹਾਂਜੀ। ਅਤੇ ਜੋ 1986 ਵਿੱਚ ਸਰਬੱਤ ਖਾਲਸਾ ਹੋਇਆ, ਉਹਦੇ ਜੋ ਉਹਨਾਂ 'ਚ ਭਾਗ ਲੈਣ ਵਾਲੇ ਸੰਗਤਾਂ ਨੇ ਦਰਸ਼ਨ ਵੀ ਕੀਤੇ, ਸੋ ਇਹ ਸਾਰੇ, ਕਿਉਂਕਿ ਸਿੱਖ ਮਸਲੇ ਜਿਹੜੇ ਆ ਨਾ, ਇਹ 35 ਸਾਲਾਂ ਤੋਂ ਜਿਨ੍ਹਾਂ ਦਾ ਇਨਸਾਫ ਨਹੀਂ ਮਿਲ ਸਕਿਆ, ਅਤੇ ਜੱਗੀ ਦੇ ਕੇਸ ਵਾਂਗੂ ਜਿਹੜਾ ਆਪਣੇ, ਜਦੋਂ ਆਪਾਂ ਬਾਹਰਲੇ ਬੱਚਿਆਂ ਦੀ ਗੱਲ ਕਰਦੇ ਹਾਂ, ਬਾਹਰਲੇ ਬੱਚਿਆਂ ਦੇ ਚਾਹੁੰਦੇ ਹਾਂ ਵੀ ਅਸੀਂ ਜੇ ਇੰਡੀਆ ਜਾਈਏ ਤਾਂ ਕੀ ਅਸੀਂ ਸੇਫ ਹਾਂ, ਇੱਦਾਂ ਦੇ ਕੁਐਸਚਨ ਵੀ ਜਿਹੜੇ ਹੈਗੇ ਆ, ਉਹ ਇਹ ਆਪਾਂ ਕਹਿ ਸਕਦੇ ਹਾਂ ਕਿ ਇਹ ਕੁਐਸਚਨ ਉੱਠਣੇ ਆ, ਇਹ ਕੁਐਸਚਨ ਉੱਠਣੇ ਆ, ਠੀਕ ਹੈ, ਅਤੇ ਉੱਠਦੇ ਰਹਿਣੇ ਆ, ਕਿਉਂਕਿ ਇਹ ਅਸਲੀਅਤ ਆ,
ਸੋ ਇਹਦੇ ਕਰਕੇ ਇੰਡੀਆ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ, ਅਗਰ ਬਾਹਰੋਂ ਬੱਚਿਆਂ ਨੂੰ ਅਸੀਂ ਇਨਵਾਈਟ ਨਹੀਂ ਕਰਾਂਗੇ ਸਿੱਖਾਂ ਨੂੰ ਅਤੇ ਇੱਕ ਤਾਲਮੇਲ ਨਹੀਂ ਬਣਾ ਕੇ ਰੱਖਾਂਗੇ, ਆਟੋਮੈਟਿਕਲੀ ਉਹ ਨਿਕਲੇ ਉਹ ਆਪਣਾ ਦੂਰ ਚਲੇ ਜਾਣਗੇ। ਸੋ ਇਹ ਗੱਲਾਂ ਤੁਸੀਂ ਵੀ ਖੁਦ ਇੱਥੇ ਬਹੁਤ ਵੱਡੀ ਸੰਸਥਾ ਮਤਲਬ ਸਿੰਘ ਸਭਾ ਦਾ ਬਹੁਤ ਪੂਰੀ ਦੁਨੀਆ 'ਚ ਨਾਂ ਆ, ਮੁੱਖ ਸੇਵਾਦਾਰ ਆ, ਪ੍ਰਧਾਨ ਸਾਹਿਬ ਆ, ਪੰਜਾਬ 'ਚ ਵੀ ਜਾਂਦੇ ਹਾਂ। 550 ਸਾਲਾਂ 'ਤੇ ਬੜਾ ਰੌਲਾ ਪਿਆ ਸੀ ਕਿ 8 ਸਿੰਘਾਂ ਨੂੰ ਸਿੱਖਾਂ ਨੂੰ ਸਰਕਾਰ ਰਿਹਾ ਕਰ ਰਹੀ ਆ, ਬਲਵੰਤ ਸਿੰਘ ਰਾਜੋਆਣੀ ਦੀ ਵੀ ਗੱਲ ਆਈ ਸੀ, ਉਸ ਤੋਂ ਬਾਅਦ ਉਹ ਮਸਲਾ ਇੱਕਦਮ ਠੱਪ ਹੋ ਗਿਆ। ਅਤੇ ਤੁਸੀਂ ਮੈਨੂੰ ਆਪ ਵੀ ਪਤਾ ਵੀ ਜਦੋਂ ਵਫਦ ਲੈ ਕੇ ਅਸੀਂ ਵੀ ਗਏ ਉਦੋਂ ਤੁਸੀਂ ਵੀ ਨਾਲ ਗਏ, ਉਦੋਂ ਵੀ ਅਕਾਲੀ ਸਰਕਾਰ ਨੂੰ ਵੀ ਬੇਨਤੀਆਂ ਕੀਤੀਆਂ ਵੀ ਜਿਹੜੇ ਬੰਦੀ ਸਿੰਘ ਆ ਇਹਨਾਂ ਦੀ ਰਿਹਾਈ ਲਿਖੋ ਸੋਚੋ। ਪਰ ਇੱਦਾਂ ਦੇ ਮਸਲੇ ਵੀ ਹੈਗੇ ਆ ਵੀ ਉਹ ਸਰਕਾਰ ਮੁੜ ਕੇ ਜਿੱਦਾਂ ਇਸ਼ੂ ਨੂੰ ਲਿਜਾ ਕੇ ਮੁੜ ਕੇ ਫਿਰ ਠੱਪ ਕਰ ਦਿੰਦੀ ਆ, ਜਿਹਦੇ ਨਾਲ ਕਿ ਸਿੱਖਾਂ ਦੇ ਹਿਰਦੇ ਠੰਡੇ ਹੋ ਸਕਦੇ ਆ ਜਾਂ ਥੋੜ੍ਹੀ ਉਹਨਾਂ ਨੂੰ ਰਾਹਤ ਮਿਲ ਸਕਦੀ ਆ, ਕਿਉਂਕਿ ਉਹ ਉਨੀ ਸਜ਼ਾ ਭੋਗ ਚੁੱਕੇ ਆ। ਇਹਦੇ ਬਾਰੇ ਵੀ ਤੁਸੀਂ ਸਿੰਘ ਸਭਾ ਵੱਲੋਂ ਜਾਂ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਕੇ ਕੋਈ ਉਪਰਾਲਾ ਕਰੂੰਗੇ? ਬਿਲਕੁਲ, ਕਿਉਂਕਿ ਇਹ ਸਵਾਲ ਵੀ ਉਠਾਏ ਗਏ ਬਈ ਇੱਕ ਪਾਸੇ ਗੌਰਮੈਂਟ ਨੇ 8 ਸਿੱਖਾਂ ਨੂੰ ਰਿਹਾਈ ਵਾਸਤੇ ਅਨਾਊਂਸ ਕੀਤਾ ਸੀ, ਫਿਰ ਉਹਦੇ 'ਤੇ ਪੋਲੀਟਿਕਸ ਹੋਣੀ ਸ਼ੁਰੂ ਹੋ ਗਈ ਅਤੇ ਕਾਫੀ ਸਿੱਖ ਵੀਰਾਂ ਦੇ ਜਥੇਬੰਦੀਆਂ ਦੇ ਗੁਰੂ ਘਰਾਂ ਦੇ ਇਸ ਵਿਸ਼ੇ 'ਤੇ ਵੀ ਵਿਚਾਰ ਵਟਾਂਦਰੇ ਹੋਏ ਵੀ ਇੱਕ ਪਾਸੇ ਕਹਿ ਦਿੰਦੇ ਆ ਮੁੜ ਕੇ ਕਰਦੇ ਕੋਈ ਨਹੀਂ, ਅਤੇ ਕਿਉਂਕਿ ਇਹ ਵਾਪਰ ਪ੍ਰੈਕਟੀਕਲ ਗਰਾਊਂਡ 'ਤੇ ਵਾਪਰ ਰਿਹਾ। ਇੱਕ ਪਾਸੇ ਅਸੀਂ ਵੀ ਵਧਾਈਆਂ ਦਿੱਤੀਆਂ ਸੀਗੀਆਂ ਬਈ ਜੀ ਬਹੁਤ ਵਧੀਆ ਕਾਰਜ ਆ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ 'ਤੇ ਵੀ ਜਿਹੜੇ 8 ਸਿੱਖਾਂ ਦੀ ਰਿਹਾਈ ਹੋ ਰਹੀ ਆ, ਪਰ ਹੋਇਆ ਕੁਛ ਨਹੀਂ। ਉਹਨਾਂ ਨੇ ਸਿੱਖਾਂ 'ਚ ਨਾਰਾਜ਼ਤਾ ਜਾਗਦੀ ਆ, ਜਿਹੜੇ ਯੰਗਸਟਰ ਹੈਗੇ ਆ ਉਹ ਐਸੋਲੇਟ ਹੋ ਜਾਂਦੇ ਆ। ਸੋ ਇਸ ਕਰਕੇ ਗੌਰਮੈਂਟ ਨੂੰ ਚਾਹੀਦਾ ਇਹਨਾਂ ਵਿਸ਼ਿਆਂ 'ਤੇ ਸੀਰੀਅਸਲੀ ਜਿਹੜੇ ਫੈਸਲੇ ਲੈ ਕੇ ਤਾਂ ਕਿ ਮੱਲਮ ਪੱਟੀ ਲਾਈ ਜਾਵੇ ਜੋ ਜੈਨੋਸਾਈਡ ਦਿੱਲੀ ਦੇ ਕੇਸਾਂ ਦੇ ਉੱਤੇ ਆ, ਉਹਨਾਂ ਕੇਸਾਂ ਦੀ ਕਾਫੀਆਂ ਦੀ ਸੁਣਾਈ ਹੋਈ ਪਰ ਕਾਫੀ ਹਜੇ ਵੀ ਪੈਂਡਿੰਗ ਆ। ਸੋ ਇਹ ਮੁੱਦੇ ਸਾਰੇ ਸਾਡੇ ਸਿੱਖਾਂ ਦਾ ਇੱਕ ਲਾਈਫ ਦੇ ਵਿੱਚ ਇਹ ਕਦੇ ਤੁਸੀਂ ਭੁਲਾ ਨਹੀਂ ਸਕਦੇ। ਅਖੀਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਵਉੱਚ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਜਿਹੜੀ ਆ ਉਹ ਪ੍ਰਬੰਧ ਚਲਾਉਣ ਦੀ ਸੰਸਥਾ ਆ, ਸ਼੍ਰੋਮਣੀ ਅਕਾਲੀ ਦਲ ਆ। ਇਹ ਸੰਸਥਾਵਾਂ ਨੂੰ ਕਈ ਵਾਰੀ ਖਤਮ ਕਰਨ ਲਈ ਵੀ ਉਪਰਾਲੇ ਹੁੰਦੇ ਆ, ਲੇਕਿਨ ਸ੍ਰੀ ਅਕਾਲ ਤਖਤ ਫਿਰ ਵੀ ਸਰਵਉੱਚ ਆ। ਇਹਨੂੰ ਬਚਾਉਣ ਲਈ ਬਾਹਰਲਾ ਸਿੱਖ ਜਾਂ ਆਪਾਂ ਨੂੰ ਕੀ ਉਪਰਾਲੇ ਕਰਨ? ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਸਾਰੇ ਆਪਾਂ ਸਿੱਧੇ ਅਕਾਲ ਤਖਤ ਸਾਹਿਬ ਦੇ ਨਾਲ ਲਿੰਕ ਕਰੀਏ, ਇੱਕ ਢਾਂਚਾ ਤਿਆਰ ਕਰੀਏ ਜਿਹਦੇ ਵਿੱਚ ਜਿਹੜੀਆਂ ਸਾਡੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਅਸੀਂ ਨਜਿੱਠਣ ਵਾਸਤੇ। ਕਿਉਂਕਿ ਉਹਨਾਂ ਨੇ ਸਿੱਧੀ ਇਹ ਗੱਲ ਕੀ ਕਿ ਬਾਹਰਲੇ ਦੇਸ਼ਾਂ ਵਿੱਚ ਲੋਕਾਂ ਨੇ ਆ ਕੇ ਆਪਣੀ ਤਰੱਕੀਆਂ ਕੀਤੀਆਂ, ਐਜੂਕੇਸ਼ਨ ਕੀਤੀ, ਆਪਣੇ ਬੱਚਿਆਂ ਨੂੰ ਪੜ੍ਹਾ ਕੇ ਚੰਗੀਆਂ ਚੰਗੀਆਂ ਨੌਕਰੀਆਂ 'ਤੇ ਲਾਇਆ, ਅੱਜ ਸਾਡੇ ਬੱਚੇ ਵੀ ਜਿਹੜੇ ਪੜ੍ਹ ਲਿਖ ਗਏ ਆ, ਅਤੇ ਸਾਨੂੰ ਉਹੋ ਜਿਹੇ ਲੋਕ ਉਹੋ ਜਿਹੀਆਂ ਸੰਗਤਾਂ ਦੀ ਲੋੜ ਆ ਜਿਹੜੇ ਸਾਡੇ ਇਸ ਖੇਤਰ ਦੇ ਵਿੱਚ ਡਿਵੈਲਪ ਹੋ ਸਕਣ, ਸਾਡੀ ਉਹ ਸਪੋਰਟ ਕਰ ਸਕਣ। ਅਤੇ ਕਿਉਂਕਿ ਜੋ ਸੰਗਤਾਂ ਸਾਰੀਆਂ ਜਥੇਦਾਰ ਦੇ ਨਾਲ ਖੜ੍ਹ ਜਾਂਦੀਆਂ ਆਟੋਮੈਟਿਕਲੀ ਇੱਕ ਸਟਰੈਂਥ ਬਣੇਗੀ। ਅੱਜ ਪਿਛਲੇ ਸਾਲਾਂ 'ਚ ਤੁਸੀਂ ਦੇਖਿਆ ਵੀ ਆਪਾਂ ਕੀ ਕੁਛ ਸੁਣਿਆ, ਕੀ ਕੁਛ ਹੋਇਆ, ਨਿਰਾਸ਼ਤਾ ਵੀ ਸੀ, ਉਸ ਨਿਰਾਸ਼ਤਾ ਕਰਕੇ ਜੋ ਹੁਣ ਇੱਕ ਲਹਿਰ ਉੱਠੀ ਆ UK ਦੇ ਵਿੱਚ, ਮੇਰਾ ਖਿਆਲ ਇੱਕ ਬਹੁਤ ਚੰਗਾ ਮੂਵ ਆ। ਅਤੇ ਆਖਿਰ ਦੇ ਵਿੱਚ ਆਪਣੇ ਵੱਲੋਂ ਮੈਂ ਕੋਈ ਸਵਾਲ ਨਾ ਪੁੱਛਿਆ ਹੋਵੇ, ਲੇਕਿਨ ਤੁਸੀਂ ਜਥੇਦਾਰ ਸਾਹਿਬ ਦੇ ਬਾਰੇ ਜਾਂ ਆਪਣੇ ਹੋਰ ਕੋਈ ਤੁਹਾਡਾ ਵਿਚਾਰ? ਮੇਰਾ ਖਿਆਲ ਸਾਨੂੰ ਜਿਹੜਾ ਆਉਣ ਵਾਲੇ ਸਮਿਆਂ ਦੇ ਵਿੱਚ ਸਾਰੀਆਂ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ, ਐਸੋਸੀਏਸ਼ਨਾਂ, ਜਿੰਨੀਆਂ ਵੀ ਸਭਾ ਸਭਾਵਾਂ, ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਸੈਮੀਨਾਰ ਤੌਰ ਦੇ ਉੱਤੇ UK ਦੇ ਵਿੱਚ 2-3 ਪਲੇਸ ਬਣਾ ਲੈਣੇ ਚਾਹੀਦੇ, ਕਿਉਂਕਿ ਇਕੱਲੇ ਇਕੱਲੇ ਗੁਰਦੁਆਰੇ ਜਾਣਾ, ਕਿਉਂਕਿ ਜਥੇਦਾਰ ਨੇ ਇੱਕ ਪੂਰੇ ਦੁਨੀਆ ਦੇ ਸਿੱਖਾਂ ਲਈ ਇੱਕ ਵਿਜ਼ਨ ਦੇਣਾ ਹੈ।
ਠੀਕ ਕੋਈ ਪਲਾਨ ਤਿਆਰ ਕਰਨੇ ਹੈਗੇ ਆ ਤੇ ਜੇ ਆਪਾਂ ਸੋਚੀਏ ਵੀ ਹਰ ਗੁਰੂ ਘਰ ਵੀ ਜਾਣਾ ਚਾਹੀਦਾ ਪਰ ਆਪਾਂ ਨੂੰ ਟਾਈਮ ਦੇਖਣਾ ਪਏਗਾ ਵੀ ਜਥੇਦਾਰ ਤੋਂ ਆਪਾਂ ਅਚੀਵ ਕੀ ਕਰਨਾ ਚਾਹੁੰਦੇ ਆ ਸੋ ਉਹਦੇ ਵਾਸਤੇ ਏਰੀਆ ਵੰਡ ਕੇ ਕੋਈ ਹਾਂ ਠੀਕ ਹੈ ਸਾਰੇ ਜਿੰਨੇ ਵੀ ਪ੍ਰਬੰਧਕ ਉਹਨਾਂ ਗੁਰੂਆਂ ਘਰਾਂ ਦੇ 50-50 ਗੁਰੂ ਘਰਾਂ ਦੇ ਪ੍ਰਬੰਧਕ ਇਕੱਠਾ ਇਕੱਠੇ ਹੋ ਕੇ ਤਾਂ ਕਿ ਹਰ ਪ੍ਰਬੰਧਕ ਨੂੰ ਪਤਾ ਲੱਗ ਜਾਵੇ ਵੀ ਜਥੇਦਾਰ ਦੀ ਸੋਚ ਕੀ ਜਥੇਦਾਰ ਕਰਨਾ ਕੀ ਚਾਹੁੰਦਾ ਅਤੇ ਜਿਹੜਾ ਉਹਨਾਂ ਨੇ ਉਪਰਾਲੇ ਕਰ ਰਹੇ ਹੈਗੇ ਆ ਉਹਨਾਂ ਉਪਰਾਲਿਆਂ ਦੇ ਵਿੱਚ ਫਿਰ ਐਜੂਕੇਸ਼ਨ ਦੀ ਗੱਲ ਕੀਤੀ ਸੀ ਉਹਨਾਂ ਨੇ ਵੀ ਘੱਟੋ ਘੱਟ ਅਸੀਂ 100 ਪ੍ਰਾਇਮਰੀ ਸਕੂਲਾਂ ਦੇ ਜਿਹੜੇ ਬੱਚਿਆਂ ਨੂੰ ਉਹ NRI ਦੇਖ ਰੇਖ ਕਰਨ ਪਰ ਲਿੰਕ ਉਹਨਾਂ ਦਾ ਸਿੱਧਾ ਸੀ ਅਕਾਲ ਤਖ਼ਤ ਨਾਲ ਬਣਾ ਦਈਏ ਅਤੇ ਜਦੋਂ ਸਕੂਲ ਦੇ ਬੱਚੇ ਉੱਥੇ ਸਾਰੇ ਧਰਮਾਂ ਦੇ ਬੱਚੇ ਹੋਣਗੇ ਇੱਕ ਐਸਾ ਲਿੰਕ ਹਰ ਕਮਿਊਨਿਟੀ ਮਹਿਸੂਸ ਕਰੇਗੀ ਵੀ ਅਕਾਲ ਤਖ਼ਤ ਦਾ ਜਥੇਦਾਰ ਸਾਡੀ ਇੰਨੀ ਹੈਲਪ ਕਰ ਰਿਹਾ ਸੋ ਹਰ ਦੂਜਾ ਨੌਨ ਸਿੱਖ ਵੀ ਸੋਚੇਗਾ ਵੀ ਅਸੀਂ ਕਿਉਂ ਨਹੀਂ ਸਪੋਰਟ ਕਰ ਸਕਦੇ ਮਤਲਬ ਇੱਕ ਸਾਂਝੀ ਸੰਸਥਾ ਬਣੇ ਹਾਂਜੀ ਬਹੁਤ ਬਹੁਤ ਇਹੀ ਗੁਰੂ ਦਾ ਆਦੇਸ਼ ਆ ਸਾਡੇ ਦਾ ਧੰਨਵਾਦ ਜੀ ਮੱਲੀ ਸਾਹਿਬ ਬਹੁਤ ਬਹੁਤ ਤੁਸੀਂ ਆਵਾਜ਼ ਕੌਮ ਦੇ ਦਰਸ਼ਕਾਂ ਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਆ ਸੋ ਅਸੀਂ ਵੀ ਆਸ ਕਰਦੇ ਪਰਮਾਤਮਾ ਦੇ ਚੜ੍ਹਦੀ ਕਲਾ ਮੈਂ ਇੱਕ ਵਾਰੀ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਦੇ ਅਸੀਂ ਦਰਸ਼ਨ ਕੀਤੇ ਆ ਉਹਨਾਂ ਦਰਸ਼ਨਾਂ ਦੇ ਦਰਮਿਆਨ ਅਗਰ ਕਿਸੇ ਦੇ ਦਿਲ ਨੂੰ ਜਥੇਦਾਰ ਸਾਹਿਬ ਦੀ ਵੀ ਇਹੀ ਬੇਨਤੀ ਸੀ ਠੇਸ ਪਹੁੰਚੀ ਹੋਵੇ ਜਾਂ ਮੇਰੇ ਵੱਲੋਂ ਜਾਂ ਸਾਡੇ ਨਾਲ ਜਿਹੜੇ ਸੇਵਾਦਾਰ ਆ ਕੋਈ ਠੇਸ ਪਹੁੰਚੀ ਹੋਵੇ ਜਾਂ ਕੋਈ ਮੈਂ ਗਲਤ ਸ਼ਬਦ ਵਰਤ ਲਿਆ ਹੋਵੇ ਉਹਦੀ ਮੈਂ ਸਾਰੀਆਂ ਸੰਗਤਾਂ ਤੋਂ ਦੋ ਹੱਥ ਜੋੜ ਕੇ ਮਾਫੀ ਮੰਗਾਂਗਾ ਸਾਡਾ ਨਿਸ਼ਾਨਾ ਔਰ ਜਥੇਦਾਰ ਸਾਹਿਬ ਦਾ ਨਿਸ਼ਾਨਾ ਦੁਬਧਾ ਜਿਹੜੀ ਹੈਗੀ ਪਈ ਹੋਈ ਸਿੱਖਾਂ 'ਚ ਉਹਨੂੰ ਦੂਰ ਕਰਨਾ ਸੰਗ ਕੇ ਨਿਵਿਰਤ ਕਰਨੇ ਅਤੇ ਇੱਕ ਪਲੇਟਫਾਰਮ 'ਤੇ ਸਾਰਿਆਂ ਨੂੰ ਇੱਕ ਪੰਥ ਇੱਕ ਗ੍ਰੰਥ ਉਹਦੇ ਪਲੇਟਫਾਰਮ 'ਤੇ ਇਕੱਠੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ